ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀ ਤੋਂ ਜੌਬ ਅਲਰਟ ਤੇ ਅੱਜ ਦੀ ਅਪਡੇਟ ਲੈ ਕੇ ਆਏ ਹਾਂ ਜੀ ਜੋ ਮੀਟਿੰਗ ਨਾਲ ਜੁੜੀ ਹੋਈ ਹੈ ਅਧਿਆਪਕਾਂ ਦੀ ਸਰਕਾਰ ਨਾਲ ਜੋ ਮੀਟਿੰਗ ਹੋਈ ਸੀ ਸੋ ਬੀਤੇ ਦਿਨ ਇਹ ਮੀਟਿੰਗ ਹੋਈ ਸੀ ਇਹਦੇ ਵਿੱਚ ਕਿਹੜੀ ਕਿਹੜੀਆਂ ਗੱਲਾਂ ਰੱਖੀਆਂ ਗੀਆਂ ਨੇ ਕਿਹੜੇ ਕਿਹੜੀਆਂ ਸਰਕਾਰ ਨੇ ਮੰਗਾ ਮੰਨ ਲਈ ਜਿਹੜੀ ਉਹ ਰਾਜੀ ਹੋਈ ਹੈ ਕੀ ਕੁਝ ਇਸ ਮੀਟਿੰਗ ਦੇ ਵਿੱਚ ਹੋਏ ਹੈ ਵੈਕੈਂਸੀਆਂ ਫਿਰ ਆਊਟ ਹੋਣਗੀਆਂ ਜਾਂ ਫਿਰ ਪਹਿਲਾਂ ਹੀ ਤਰ੍ਹਾਂ ਲਾਰਾ ਲਾਇਆ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਤੁਹਾਨੂੰ ਸਮੇਂ ਸਿਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਆਫੀਸ਼ੀਅਲੀ ਜਾਣਕਾਰੀ ਲਈ ਟੈਲੀਗ੍ਰam ਗਰੁੱਪ ਜੁਆਇਨ ਕਰ ਸਕਦੇ ਹਾਂ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਸੋ ਸਾਰੇ ਸਬਸਕ੍ਰਾਈਬਰ ਟੈਲੀਗ੍ਰam ਗਰੁੱਪ ਪੇਜ ਦਾ ਜਰੂਰ ਜੁਆਇਨ ਕਰੋ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਪੂਰੀ ਜਾਣਕਾਰੀ ਤਾਂ ਪੰਜਾਬ ਰਾਜ ਅਧਿਆਪਕ ਗੱਠ ਜੋੜ ਵੱਲੋਂ ਕੱਲ ਸਿਸਵਾ ਫਾਰਮ ਹਾਊਸ ਆ ਜੋ ਮੁੱਖ ਮੰਤਰੀ ਜਿਹੜਾ ਹੈ ਸਾਹਮਣੇ ਜਿਹੜਾ ਵਿਸ਼ਾਲ ਰੋਸ ਮੁਜ਼ਾਹਰਾ ਕਰਕੇ ਆਪਣੀਆਂ ਅਹਿਮ ਮੰਗਾਂ ਦੇ ਹੱਲ ਲਈ ਅੜੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ਦਾ ਰੂਹ ਵੇਖਦੇ ਆਂ ਪੰਜਾਬ ਸਰਕਾਰ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਦਿੱਤੇ ਸੱਦੇ ਤਹਿਤ ਅਜੇੜੀ ਪੰਜਾਬ ਭਾਵਨ ਚੰਡੀਗੜ੍ਹ ਪੈਨਲ ਮੀਟਿੰਗ ਹੋਈ ਸੀ ਜਿਦੇ ਵਿੱਚ ਸਰਕਾਰ ਵੱਲੋਂ ਗਠਿਤ ਕੀਤੀ ਕਮੇਟੀ ਦੇ ਸਾਰੇ ਪ੍ਰਮੁੱਖ ਸਕੱਤਰ ਜਿਨ੍ਹਾਂ ਦੇ ਵਿੱਚ ਕੇ.ਏ.ਪੀ. सिन्हा ਪ੍ਰਮੁੱਖ ਸਕੱਤਰ ਵਿੱਤ ਵਿਭਾਗ ਵਿਵੇਕ ਪ੍ਰਤਾਪ ਪ੍ਰਮੁੱਖ ਸਕੱਤਰ ਪਰਸੋਨਲ ਹੁਸਨ ਲਾਲ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਵਿਭਾਗ ਅਤੇ ਮੈਡਮ ਗੁਰਪ੍ਰੀਤ ਕੌਰ ਸਪਰਾ ਸਕੱਤਰ ਵਿੱਤ ਵਿਭਾਗ ਜਗਦੀਪ ਸਿੰਘ ਐਸ ਡੀ ਐਮ ਮੋਹਾਲੀ ਤੇ ਹੋਰ ਅਧਿਕਾਰ ਜਿਹੜੇ ਇਹਦੇ ਵਿੱਚ ਸ਼ਾਮਲ ਸੀਗੇ ਸਰਕਾਰ ਨਾਲ ਪਹਿਲੇ ਪੜਾਵੀ ਹੋਈ ਮੀਟਿੰਗਾਂ 'ਚ ਪੰਜਾਬ ਰਾਜ ਅਧਿਆਪਕ ਗੱਠ ਜੋੜ ਦੇ ਆਗੂਆਂ ਨੇ ਆਪਣੀਆਂ ਅਹਿਮ ਮੰਗਾਂ ਤਹਿਤ ਅਧਿਆਪਕਾਂ ਪੇ ਸਕੇਲਾਂ ਲਈ ਦਿੱਤਾ 2.25 ਗੁਣਾਕ ਨੂੰ ਮੁੱਢੋਂ ਨਕਾਰ ਕੇ ਨਾਮਨਜ਼ੂਰ ਕਰਦਿਆਂ ਵੱਧ ਗੁਣਾਕ 3.01 ਗੁਣਾਕ 1-1 2016 ਤੋਂ ਮੰਗ ਕਰਤੇ ਕਮੇਟੀ ਵੱਲੋਂ ਸਹਿਮਤੀ ਪ੍ਰਗਟ ਕਰਦੇ ਆ ਪਿਛਲੇ 5ਵੇਂ ਕਮਿਸ਼ਨ ਦੇ ਆਰਸੀ ਨਯਤ ਦੇ ਪੇ ਸਕੇਲ ਸੋਧ ਪੱਤਰ ਅਨੁਸਾਰ ਪੇ ਕਮਿਸ਼ਨ ਵੱਲੋਂ ਅਧਿਆਪਕਾਂ ਨੂੰ ਦਿੱਤੇ ਸੋਧ ਪੇ ਸਕੇਲ ਲਾਗੂ ਕੀਤੇ ਜਾਣ ਤੇ ਜਿਹੜੀ ਉਹ ਸਹਿਮਤੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਪੇ ਕਮਿਸ਼ਨ ਵੱਲੋਂ ਦਿੱਤੇ ਮੈਡੀਕਲ ਪੱਤਾ ਮੋਬਾਈਲ ਪੱਤਾ ਹਾਇਰ ਐਜੂਕੇਸ਼ਨ ਪੱਤਾ ਦੇਣ ਤੇ ਵੀ ਪੂਰਨ ਸਹਿਮਤੀ ਜਿਹੜੀ ਉਹ ਦੇ ਦਿੱਤੀ ਗਈ ਹੈ ਗਠਜੋੜ ਦੇ ਆਗੂਆਂ ਨੇ ਕਿਹਾ ਕਿ ਏਜੰਡੇ 'ਚ ਬਾਕੀ ਸ਼ਾਮਲ ਸਭ ਮੰਗਾਂ ਦਾ ਵੀ ਸਰਕਾਰ ਹੈ ਜਿਹੜੀ ਉਹ ਫੌਰੀ ਤੌਰ ਤੇ ਹੱਲ ਕਰੇ ਹਾਈਰ ਟੀਚਰਸ ਮਾਸਟਰ ਕੇਡਰ ਲੈਕਚਰਰ ਦੇ ਵਧੇ ਸਕੇਲ ਲਾਗੂ ਕੀਤੇ ਜਾਣ ਘਟਾਈ ਤੇ ਕਈ ਬੰਦ ਕੀਤੇ ਭੱਤੇ ਬਾਰਡਰ ਭੱਤਾ ਅਤੇ ਡੀਏ ਦਾ ਬਕਾਇਆ ਦੇਣ ਏਸੀਪੀ ਲਾਗੂ ਕਰਦੇ ਹਾਂ ਅਗਲਾ ਗ੍ਰੇਡ ਦੇਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਧਿਆਪਕਾਂ ਦੀਆਂ ਨਵੀਆਂ ਨਿਯੁਕਤੀਆਂ ਤੇ ਕੇਂਦਰੀ ਪੈਟਰਨ ਸਕੇਲ ਨਾਂ ਦੇ ਕੇ 6ਵੇਂ ਪੇ ਕਮਿਸ਼ਨ ਦੇ ਦਾਇਰੇ ਵਿੱਚ ਲਿਆਉਣ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਖਾਲੀ ਅਸਾਮੀਆਂ ਜਲਦ ਜਿਹੜੀਆਂ ਉਹ ਭਰੀਆਂ ਜਾਣ ਪ੍ਰਾਇਮਰੀ ਪੱਧਰ ਤੇ ਹੈਡ ਟੀਚਰ ਦੀਆਂ ਜਿਹੜੀਆਂ ਉਹ ਘਟਾਈਆਂ ਜਾਣ ਜੋ ਘਟਾਈਆਂ 1904 ਅਸਾਮੀਆਂ ਨੇ ਉਹ ਬਹਾਲ ਕਰਨ ਤੇ ਸੈਕੰਡਰੀ ਪੱਧਰ ਤੇ ਪੀਟੀਆਈ ਮਾਸਟਰ ਲੈਕਚਰਾਰਾਂ ਕਰਰਕਰਕ ਦੀਆਂ ਖਤਮ ਅਸਾਮੀਆਂ ਬਹਾਲ ਕਰਨ 1 ਇੱਕ 2015 ਨੋਟੀਫਿਕੇਸ਼ਨ ਰੱਦ ਕਰਕੇ ਪਰਖ ਕਾਲ 2 ਸਾਲ ਕਰਨ ਅਤੇ ਪਹਿਲੀ ਅਸਾਮੀ ਤੇ ਕੰਮ ਕਰਨ ਦੇ ਸਮੇਂ ਨੂੰ ਪ੍ਰੋਵੀਸ਼ਨ ਪੀਰੀਅਡ ਦਾ ਹਿੱਸਾ ਮੰਨਿਆ ਜਾਵੇ ਬਾਰਡਰ ਏਰੀਆ ਪੱਤਾ ਸਾਇੰਸ ਪ੍ਰੈਕਟੀਕਲ ਪੱਤਾ ਤੇ ਅਧਿਆਪਕਾਂ ਨੂੰ ਐਨਪੀਏ ਦਿੱਤਾ ਜਾਵੇ ਮੈਡੀਕਲ ਪੱਤਾ ਵਧਾਉਣ ਤੇ ਮੈਡੀਕਲ ਰਿਬਰਸਮੈਂਟ ਦੀ ਜਗ੍ਹਾ ਮੈਡੀਕਲ ਕਾਰਡ ਬਣਾਏ ਜਾਣ ਪੀ ਕਮਿਸ਼ਨ ਦੇ ਬਕਾਇਆ ਦੋ ਕਿਸ਼ਤਾਂ ਚ ਦਿੱਤੇ ਜਾਣ ਸੀਨੀਅਰ ਜੂਨੀਅਰ ਦੀ ਅਨਾਮਲੀ ਦੂਰ ਕਰਨ ਲਈ ਡੀਡੀ ਪੱਧਰ ਤੇ ਸ਼ਕਤੀਆਂ ਦੇਣ ਦੀ ਮੰਗ ਕੀਤੀ ਤੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਕਮੇਟੀ ਮੈਂਬਰਸ ਵੱਲੋਂ ਇਕੱਠ ਜੋੜ ਦੀਆਂ ਬਾਕੀ ਮੰਗਾਂ ਲਈ ਜਲਦ ਦੂਸਰੇ ਗੇੜ 'ਚ ਮਨਿਸਟਰ ਜੀ ਦੀ ਰੱਖੀ ਜਾ ਰਹੀ ਮੀਟਿੰਗ 'ਚ ਹੱਲ ਕਰਨ ਦਾ ਵੀ ਭਰੋਸਾ ਜਿਹੜਾ ਉਹ ਦਿਵਾਇਆ ਗਿਆ ਹੈ। ਬਾਕੀ ਇਸ ਸਮੇਂ ਇਹਨਾਂ ਦੇ ਜਿਹੜੇ ਆਗੂ ਸੀ ਉਹ ਮੌਜੂਦ ਸੀ। ਉਹ ਕਾਫੀ ਸਾਰੀਆਂ ਗੱਲਾਂ ਨੇ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਨੇ ਤੇ ਜਿਹੜੀ ਮੰਗਾਂ ਮੰਨਣ ਦਾ ਜਿਹੜਾ ਭਰੋਸਾ ਉਹ ਦਿਵਾਇਆ ਗਿਆ ਹੈ। ਬਾਕੀ ਦੂਜੇ ਗੇੜ ਦੀ ਜੋ ਮੀਟਿੰਗ ਹੋਏਗੀ ਕਦੋਂ ਹੋਏਗੀ ਕਿ ਇਹਦੇ ਵਿੱਚ ਅੰਤਮ ਫੈਸਲਾ ਸਰਕਾਰ ਵੱਲੋਂ ਲਿਆ ਜਾਏਗਾ ਜਿਹੜੀ-ਜਿਹੜੀਆਂ ਅਪਡੇਟ ਹੋਣਗੀਆਂ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ